ਜਗਰਾਓਂ 'ਚ ਵਾਪਰੀ ਅਜਿਹੀ ਘਟਨਾ ਜੋ ਤੁਹਾਡੇ ਵੀ ਲੂ ਕੰਡੇ ਖੜ੍ਹੇ ਕਰ ਦੇਵੇਗੀ। ਦਰਅਸਲ ਇਹ ਨੌਜਵਾਨ ਜਿਸ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਗਈ, ਉਸਦੇ ਹੀ ਸਾਥੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਗਰਾਓਂ ਦੇ ਮੁਹੱਲਾ 7 ਨੰਬਰ ਚੁੰਗੀ 'ਤੇ ਇੱਕ ਨੌਜਵਾਨ ਨੂੰ ਉਸਦੇ ਹੀ ਸਾਥੀਆਂ ਨੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ, ਜਿਸ ਦੇ ਚੱਲਦਿਆਂ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ ਝੁਲਸ ਗਿਆ ਅਤੇ ਉਸਨੂੰ ਇਲਾਜ ਦੇ ਲਈ ਫਰੀਦਕੋਟ ਰੈਫਰ ਕੀਤਾ ਗਿਆ। ਇਹ ਸਾਰੀ ਘਟਨਾ CCTV ਦੇ ਵਿੱਚ ਵੀ ਰਿਕਾਰਡ ਹੋਈ। ਇਸ ਦੇ ਚੱਲਦਿਆਂ ਥਾਣਾ ਸਿਟੀ ਪੁਲਿਸ ਨੇ 8 ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ। ਦਰਅਸਲ ਇਹ ਪੂਰੀ ਘਟਨਾ 4 ਜੂਨ ਨੂੰ ਵਾਪਰੀ ਅਤੇ ਅੱਗ ਨਾਲ ਝੁਲਸਣ ਵਾਲੇ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਨੂੰ ਇਹ ਦੱਸਿਆ ਗਿਆ ਕਿ ਤੁਹਾਡੇ ਮੁੰਡੇ ਨੂੰ ਮੋਟਰਸਾਈਕਲ ਦੇ ਵਿੱਚ ਪੈਟਰੋਲ ਪਾਉਂਦੇ ਸਮੇਂ ਅੱਗ ਲੱਗ ਗਈ। ਮਾਪੇ ਉਸ ਸਮੇਂ ਤਾਂ ਆਪਣੇ ਮੁੰਡੇ ਨੂੰ ਬਚਾਉਣ ਦੇ ਵਿੱਚ ਲੱਗੇ ਰਹੇ ਅਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ। ਪਰ ਉਸ ਤੋਂ ਬਾਅਦ ਜੋ CCTV ਤਸਵੀਰਾਂ ਸਾਹਮਣੇ ਆਈਆਂ ਬੀਤੀ ਕੱਲ੍ਹ, ਉਹਨਾਂ CCTV ਤਸਵੀਰਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਜਿਸ ਦੇ ਵਿੱਚ ਉਹਨਾਂ ਦੇ ਮੁੰਡੇ ਦੇ ਹੀ ਕੁਝ ਸਾਥੀ ਉਸਦੇ ਉੱਤੇ ਪੈਟਰੋਲ ਪਾ ਕੇ ਅੱਗ ਲਾ ਰਹੇ ਸਨ। ਇਸ ਬਾਰੇ ਜਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ 8 ਲੋਕਾਂ ਖਿਲਾਫ ਹੁਣ ਮਾਮਲਾ ਦਰਜ ਕੀਤਾ ਹੈ। ਇਹ ਮੁੰਡੇ ਦਾ ਬਾਪ ਖੜਾ ਵਾ ਜੀ, ਇਹ ਦਾਦਾ ਵਾ। ਇਹ ਜਿਹੜੀ ਗੱਲ ਆ ਜੀ, ਇਹ ਗੱਲ ਲਗਭਗ 4 ਤਰੀਕ ਦੀ 3 ਵਜੇ ਦੀ ਗੱਲ ਹੈ। ਮੈਂ ਉਹਦੇ ਵੋਟਾਂ ਵਾਟਾਂ ਦੀ ਗਿਣਤੀ ਸੀਗੀ, ਅਸੀਂ ਲੁਧਿਆਣੇ ਗਏ ਹੋਏ ਸੀਗੇ। ਜਦੋਂ ਦੂਜੇ ਦਿਨ ਮੈਂ ਇਹਨਾਂ ਦੇ ਘਰ ਆਇਆ, ਮੈਨੂੰ ਘਰ ਦੱਸਿਆ ਬੁੜੀਆਂ ਨੇ ਵੀ ਆਪਣੇ ਮੁੰਡੇ ਨੂੰ ਮੱਲੇ 'ਚ, ਇਹਨੂੰ ਰੈਂਪੀ ਕਹਿੰਦੇ ਆ, ਵੀ ਰੈਂਪੀ ਦੇ ਮੁੰਡੇ ਨੂੰ ਅੱਗ ਲੱਗ ਗਈ। ਵੀ ਅੱਗ ਲਾ ਕੇ ਕੁਛ ਮੁੰਡਿਆਂ ਨੇ ਉਹ ਕਾਫੀ ਜ਼ਿਆਦਾ ਮੱਚ ਗਿਆ, ਵੀ ਪਹਿਲਾਂ ਹੋਸਪਿਟਲ ਭੇਜਿਆ ਜਗਰਾਓਂ, ਇਹਦੇ ਬਾਅਦ ਫਰੀਦਕੋਟ ਭੇਜ ਦਿੱਤਾ। ਔਰ ਇਹ ਜਿਹੜਾ ਉਹਨਾਂ ਨੇ ਕੀਤਾ ਵਾ ਜੀ, ਬਿਲਕੁਲ ਸਰੇਆਮ ਦਿਖ ਰਿਹਾ ਵੀਡੀਓ ਦੇ ਵਿੱਚ। ਇੱਕ ਮੁੰਡੇ ਨੇ ਉਹਨੂੰ ਫੜਿਆ ਹੋਇਆ ਵਾ, ਦੂਜਾ ਮੁੰਡਾ ਉਹਦੇ 'ਤੇ ਐਂ ਪੈਟਰੋਲ ਛਿੜਕ ਰਿਹਾ ਵਾ। ਉਸ ਮੁੰਡੇ ਨੇ ਉਹ ਐਂ ਬੈਠਾ, ਉਹਨੇ ਨਾਲ ਹੀ ਉਹਦੇ ਨਾਲ ਲੈਟਰ ਨਾਲ ਅੱਗ ਲਾ ਦਿੱਤੀ ਜੀ। ਉਹਨੂੰ ਇੱਕੋਦਮ ਚੜ੍ਹ ਗਈ ਅੱਗ ਜੀ, ਲੇਕਿਨ ਜਦੋਂ ਅੱਗ ਚੜ੍ਹੀ ਉਹਨੇ, ਇੱਕ ਧੁੱਪ ਬਹੁਤ ਜ਼ਿਆਦਾ, ਇੱਕ ਜੋ ਅੱਗ ਚੜ੍ਹੀ ਉਹਨੂੰ ਆਪਦੀ ਭਰੀ ਬਚਾਉਣ ਦੀ, ਪਰ ਉਹ ਬਚਿਆ ਸੀਗਾ, ਉਹਨੇ ਪਿੰਡ ਪੁੰਡ ਲਾ ਕੇ ਸਿੱਟਤੀ। ਔਰ ਉਸ ਤੋਂ ਬਾਅਦ ਇੱਕ ਮੁੰਡਾ ਉਹ ਪਿੰਡ ਦੇ ਵਿੱਚੋਂ, ਇਹ ਨਹੀਂ ਪਤਾ ਮੋਬਾਈਲ ਕੱਢਦਾ ਕੀ ਕਰਦਾ, ਪਿੰਡ ਦੇ ਵਿੱਚੋਂ ਵੀ ਕੱਢ ਕੇ ਖੁੱਲ ਜਾਂਦਾ ਜਿਹੜੀ ਉਹਨੇ ਸਿੱਟੀ ਹੁੰਦੀ ਆ। ਹੁਣ ਸਾਡੀ ਇਹ ਬੇਨਤੀ ਆ ਵੀ ਉਹਦੇ ਵਿੱਚ ਇੱਕ ਮੁੰਡਾ ਹੈਗਾ BJ ਜੀ, ਵੀਰ ਦਾ ਮੁੰਡਾ ਵਾ, ਇੱਕ ਮੁੰਡਾ ਹੈਗਾ ਕਿਸ਼ਨ ਦਾ, ਕੀ ਨਾਮ, ਟੀਟੂ ਹੈ ਜੀ, ਟੀਟੂ, ਹਾਂਜੀ ਟੀਟੂ ਆ ਮੁੰਡਾ ਜੀ। ਮੇਨ ਇਹ 2 ਮੁੰਡੇ ਆ ਜੀ, ਦੋਹਾਂ ਮੁੰਡਿਆਂ ਨੇ, ਇਹ ਨਹੀਂ ਪਤਾ ਕੀ ਇਹਨਾਂ ਦੀ ਰੰਜਿਸ਼ ਸੀ, ਕੀ ਲਾਗਲਾਟ ਸੀ, ਇਹ ਦੋਹਾਂ ਮੁੰਡਿਆਂ ਨੇ ਉਹਦਾ ਮਾਡਲ ਕੀਤਾ ਵਾ। ਔਰ ਬਿਲਕੁਲ ਪੁਲਿਸ ਪੂਰਾ ਸਾਥ ਦੇ ਰਹੀ ਆ। ਅਸੀਂ ਇਹ ਗੱਲ ਕਹਿੰਦੇ ਹਾਂ ਵੀ ਤਾਂ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਕਿ ਕੋਈ ਹੋਰ ਬੰਦਾ ਇਹ ਜੀ ਵਧੀਕੀ ਨਾ ਕਰੇ। ਮੁੰਡੇ ਦੀ ਹਾਲਤ ਕਿਵੇਂ ਆ ਹੁਣ? ਹਾਲਤ ਉਹਦੀ ਹੈਗੀ ਆ ਜੀ, 82-83% ਉਹ ਮੱਚ ਚੁੱਕਿਆ, ਫਰੀਦਕੋਟ ਦਾਖਲ ਆ, ਕਾਫੀ ਜ਼ਿਆਦਾ ਉਹਦੀ ਹਾਲਤ ਡਾਊਨ। ਅਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ, ਇਸ ਕਰਕੇ ਇਹਨੂੰ ਅੱਗ ਲੱਗੀ? ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀਗਾ ਜੀ, ਬਿਲਕੁਲ ਰੋਕਦਾ ਸੀਗਾ, ਵੀ ਤੁਸੀਂ ਕਿਉਂ ਲੋਕਾਂ ਦੇ ਜਵਾਨ ਬੱਚੇ ਮਾਰ ਰਹੇ ਆ। ਇਹ ਪਹਿਲਾਂ ਕਰਦਾ, ਇਹਨੇ ਛੱਡਿਆ ਸੀ, ਇਹਨੇ ਨਸ਼ਾ ਛੱਡਿਆ ਸੀ, ਮਾਂ ਪਿਓ ਨੇ ਛਡਾਇਆ ਸੀ। ਔਰ ਇਹ ਕਹਿੰਦਾ ਸੀ ਵੀ ਤੁਸੀਂ ਨਸ਼ਾ ਵੇਚਣਾ ਬੰਦ ਕਰੋ, ਉਹ ਬੰਦ ਵੀ ਨਹੀਂ ਕਰਦੇ। ਇਹਦੇ ਨਾਲ ਥੋੜ੍ਹਾ ਬਹੁਤਾ ਉੱਥੇ ਪੰਗਾ ਪੈ ਗਿਆ ਜੀ। ਉਹਨਾਂ ਨੇ ਪੈਟਰੋਲ ਹੀ ਪਾ ਕੇ, ਵੀ ਪਹਿਲਾਂ ਮਿਥੇ ਹੁੰਦਾ ਬੋਤਲ ਪੈਟਰੋਲ ਦੀ ਸੀਗੀ, ਉਹ ਐਂ ਪਾਤਾ, ਬਾਕੀ ਥੱਲੇ ਟੁੱਲਿਆ ਸੀ, ਅੱਗ ਲਾ ਕੇ ਸਾਰਾ ਮੁੰਡਾ ਨੂੰ ਚੱਲ।
ਪੁਲਿਸ ਤੁਹਾਡਾ ਕਿਵੇਂ ਸਾਥ ਦੇ ਰਹੀ ਹੈ ਕਿ ਨਹੀਂ? ਸਰ ਜੀ ਮੁੰਡੇ ਦੀ ਮੇਰੇ ਦੀ ਹਾਲਤ ਗੰਭੀਰ ਹਾਲਤ ਹੈ, 85% ਉਹਨੂੰ ਅੱਗ ਲੱਗ ਚੁੱਕੀ ਹੈ ਅਤੇ ਪੁਲਿਸ ਦੇ ਸਹਿਯੋਗ ਦੇ ਨਾਲ ਵਧੀਆ ਸਹਿਯੋਗ ਦੇ ਰਹੀ ਹੈ ਸਾਡਾ ਪੁਲਿਸ। ਕੀ ਮੰਗ ਕਰਦੇ ਹੋ ਪੁਲਿਸ ਤੋਂ ਤੁਸੀਂ? ਮੈਂ ਪੁਲਿਸ ਕੋਲੋਂ ਇਹੀ ਮੰਗ ਕਰਦਾ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ। ਠੀਕ ਹੈ, ਵੀ ਗਾਹ ਨੂੰ ਹੋਰ ਕਿਸੇ ਬੱਚੇ ਨੂੰ ਜਾਂ ਹੋਰ ਕਿਸੇ ਦੇ ਧੀ ਪੁੱਤ ਨੂੰ ਇੱਦਾਂ ਦੇ ਹਾਲਾਤ ਨਾ ਬੀਤਣਾ। ਚੁੰਗੀ 'ਤੇ ਇੱਕ ਮੁੰਡੇ ਨੂੰ ਪੈਟਰੋਲ ਪਾ ਕੇ ਅੱਗ ਲਾਈ ਗਈ ਹੈ, ਇਹ ਕੀ ਹੈ, ਕੀ ਹੈ ਮਾਮਲਾ ਸਰ? ਇਸ ਸੰਬੰਧੀ ਮਿਤੀ 4/6/24 ਨੂੰ ਸਾਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਇਨਫੋਰਮੇਸ਼ਨ ਮਿਲੀ। ਉਸ ਸੰਬੰਧੀ ਜਿਹੜੀ ਆ, ਮੈਂ ਵੀ ਮੌਕਾ ਦੇਖਿਆ, ਮੌਕੇ 'ਤੇ ਜਾ ਕੇ ਅਤੇ ਸਾਡੇ IOSC ਮੋਹਲਾ ਵੀ ਉੱਥੇ ਜਾ ਕੇ ਆਏ ਅਤੇ ਉੱਥੇ ਮੌਕੇ 'ਤੇ ਜਿਹੜਾ ਸਾਨੂੰ ਉਹਦੇ ਜਿਹੜੇ ਪੇਰੈਂਟਸ ਮਿਲੇ ਆ, ਜਿਨ੍ਹਾਂ ਨੇ ਇਹੀ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਮੁੰਡਾ ਤੇਲ ਪਾ ਰਿਹਾ ਸੀ, ਮੋਟਰ ਜ਼ਿਆਦਾ ਗਰਮ ਸੀ, ਮੋਟਰਸਾਈਕਲ ਨੂੰ ਅੱਗ ਲੱਗ ਗਈ। ਪਰ ਉਸ ਤੋਂ ਬਾਅਦ ਕੱਲ੍ਹ ਸਾਨੂੰ ਪਤਾ ਲੱਗਾ, ਅਸੀਂ ਕੋਈ ਇਨਵੈਸਟੀਗੇਸ਼ਨ ਦੇ ਸੰਬੰਧ ਵਿੱਚ ਆਪਣਾ ਪਤਾ ਕੀਤਾ, CCTV ਕੈਮਰੇ ਚੈੱਕ ਕੀਤੇ, ਉਹਦੇ ਵਿੱਚੋਂ ਮਾਮਲਾ ਜਿਹੜਾ ਹੋਰ ਪਾਇਆ ਗਿਆ, ਜਿਸ ਸੰਬੰਧੀ ਅਸੀਂ 8 ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਤਾ। ਸਰ ਕਿਹੜੀ ਧਾਰਾ ਦਾ ਮੁਕੱਦਮਾ ਦਰਜ ਕੀਤਾ ਜੀ? 326 IPC ਜੀ। 100 ਜੀ। ਸਰ ਜਿਹੜਾ ਹਸਪਤਾਲ ਵਿੱਚ ਮੁੰਡਾ ਜ਼ੇਰੇ ਇਲਾਜ, ਉਸ ਨੂੰ ਮਿਲ ਕੇ ਬਿਆਨ ਲਏ ਜੀ, ਕਿਸ ਸਥਿਤੀ ਉਹਦੀ ਕਿਵੇਂ ਆ? ਉਹਦੀ ਸਥਿਤੀ ਤਾਂ ਹੁਣ ਤਾਂ ਉਹ ਜਿਹੜਾ ਅਨਕੋਨਸ਼ੀਅਸ ਨਹੀਂ ਬੋਲਦਾ ਜੀ, ਪਰ ਸਾਡੇ ਤੋਂ ਪਹਿਲਾਂ ਉੱਥੇ ਦੇ ਸੰਬੰਧਿਤ ਜਿਹੜੇ ਮੈਜਿਸਟਰੇਟ ਸਾਹਿਬ ਆ, ਉਹਨਾਂ ਨੇ ਬਿਆਨ ਲਿਆ ਲਏ ਆ ਜੀ, ਜਿਹੜੀ ਪਹਿਲਾਂ ਜਿਹੜੀ ਰਿਟਰਨ ਕਾਰਵਾਈ ਕੀਤੀ ਜਾ ਰਹੀ ਹੈ। ਕੋਈ ਦੋਸ਼ੀ ਫੜਿਆ ਸਰ, ਗ੍ਰਿਫਤਾਰ ਕੀਤਾ ਕੋਈ ਦੋਸ਼ੀ? ਨਹੀਂ, ਹਜੇ ਤੱਕ ਕੋਈ ਨਹੀਂ ਹੈ, ਵੇਟ ਕਰ ਰਹੇ ਹਾਂ। ਸਰ ਪਤਾ ਲੱਗਿਆ ਵੀ ਕਾਰਨ ਕੀ ਹੋਇਆ ਅੱਗ ਲਾਉਣ ਦਾ, ਵੀ ਕੋਈ ਲੜਾਈ ਝਗੜਾ ਜਾਂ ਕੁਝ? ਆਪਸ ਵਿੱਚ ਮੁੰਡੇ ਜਿਹੜੇ ਖੜੇ ਸੀਗੇ, ਹਾਸਾ ਮਜ਼ਾਕ ਕਰ ਰਹੇ, ਹਾਸੇ ਮਜ਼ਾਕ ਦੇ ਵਿੱਚ ਜਿਹੜਾ ਫੁਟੇਜ ਦੇ ਮੁਤਾਬਕ ਜਿਹੜਾ ਸਾਹਮਣੇ ਦਿੰਦਾ, ਅਤੇ ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਸਾਰੇ ਜਾਣਦੇ ਸੀਗੇ, ਹਾਸੇ ਮਜ਼ਾਕ ਦੇ ਵਿੱਚ ਇਹਨਾਂ ਨੇ ਲਾਈਟਰ ਦੇ ਨਾਲ ਅੱਗ ਲਾ ਕੇ ਜਿਹੜਾ ਉਹਦਾ ਹੋਰ ਰੂਪ ਧਾਰਨ ਕਰ, ਜਿਹਦੇ ਕਰਕੇ ਉਹ ਇੰਨਾ ਜ਼ਿਆਦਾ ਝੁਲਸ ਗਿਆ। ਅਤੇ ਸਰ ਇਹ 'ਚ ਇੱਕ ਕੋਈ ਗੱਲ ਸਾਹਮਣੇ ਆਈ ਹੈ ਵੀ ਇਹ ਨਸ਼ਾ ਵੇਚਣ ਤੋਂ ਰੋਕਾਂ ਦਾ ਸੀ ਮੁੰਡਿਆਂ ਨੂੰ, ਅਤੇ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੇ ਲਾਈ, ਇੱਦਾਂ ਦੀ ਕੋਈ ਗੱਲ ਤਾਂ ਨਹੀਂ? ਨਸ਼ੇ ਵਾਲੀ ਕੋਈ ਗੱਲ ਨਹੀਂ ਹੈ, ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਜਾਣਦੇ ਸੀਗੇ ਜੀ, ਜਿਹੜੀ ਨਸ਼ੇ ਵਾਲੀ ਅਫਵਾਹ ਬਣਾਈ ਜਾਂਦੇ ਲੋਕ, ਇਹੋ ਜਿਹੀ ਕੋਈ ਗੱਲ ਨਹੀਂ। ਸਰ CCTV ਕੈਮਰੇ ਦੀ ਫੋਟੋਜ਼ ਦੇਖੀ, ਜਿਹੜੇ ਬੰਦੇ ਅੱਗ ਲਾ ਰਹੇ ਆ ਉਹੀ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਆ? ਉਹ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਹੀ ਸੀਗੇ। ਅੱਛਾ, ਦੇਖਿਆ ਵੀ ਹਾਲਾਤ ਹਾਸੇ ਮਜ਼ਾਕ ਨਾਲ ਸਾਰਾ ਕੰਮ ਹੋਇਆ।